ਇੱਕ ਪਾਸੇ ਤਾਂ ਕਿਸਾਨ ਫਸਲ ਵੱਢ ਕੇ ਮੰਡੀਆਂ ਵਿੱਚ ਲਿਆ ਰਹੇ ਨੇ, ਦੂਜੇ ਪਾਸੇ ਕਈ ਕਿਸਾਨ ਪੱਕ ਚੁੱਕੀ ਫਸਲ ਦੀ ਵਾਢੀ ਲਈ ਤਿਆਰ ਹੋ ਰਹੇ ਨੇ। ਕਿਸਾਨਾਂ ਨੂੰ ਹੁਣ ਵੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਪਹਿਲਾਂ ਤਾਂ ਕਟਾਈ ਕਰਕੇ ਫਸਲ ਮੰਡੀਆਂ ਵਿੱਚ ਲਿਆਉਣੀ ਹੈ ਅਤੇ ਉੱਤੋਂ ਮੰਡੀ ਵਿੱਚ ਥਾਂ ਨਾ ਮਿਲਣੀ। ਜੇਕਰ ਕਿਸੇ ਨੂੰ ਥਾਂ ਮਿਲ ਵੀ ਰਹੀ ਹੈ ਤਾਂ ਮੰਡੀਆਂ ਵਿੱਚੋਂ ਫਸਲ ਦੀ ਚੁਕਾਈ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ, ਆ ਟਰਾਲੀਆਂ ਲਾਉਣ ਨੂੰ ਵੀ ਜਗ੍ਹਾ ਨਹੀਂ ਆ। ਦੇਖੋ ਹੁਣ ਤੁਹਾਡੇ ਸਾਹਮਣੇ ਬੋਰੀਆਂ ਚੱਕ ਚੱਕ ਕੇ ਢਾਂਗਾ ਲਾਉਣ ਲੱਗੇ ਹੋਏ ਨੇ, ਦੋ ਘੰਟੇ ਹੋ ਗਏ ਟਰਾਲੀ ਖੜੀ ਨੂੰ, ਆ ਚੱਕਣ ਤੋਂ ਬਾਅਦ ਆ ਢਾਂਗਾ ਲਾ ਕੇ ਫਿਰ ਜਗ੍ਹਾ ਖਾਲੀ ਹੋ ਕੇ ਟਰਾਲੀ ਉੱਤਰ ਗਈ। ਤੁਸੀਂ ਕਿਸੇ ਪ੍ਰਸ਼ਾਸਨ ਨਾਲ ਗੱਲ ਕਰੀ? ਨਹੀਂ, ਗੱਲ ਤਾਂ ਨਹੀਂ ਜੀ ਹੋਈ। ਇੱਕ ਦਿਨ ਹੋ ਗਏ, 4-5 ਦਿਨ ਪਹਿਲਾਂ ਜਾਮ ਜ਼ਰੂਰ ਲੱਗਿਆ ਸੀ ਇਸੇ ਚੱਕਰ ਕਰਕੇ। ਉਹ ਕਹਿੰਦੇ ਡੈਮੇਜ, ਕਲਰ ਡੈਮੇਜ ਹੋ ਗਿਆ ਜੀ, ਉਸ ਕਰਕੇ ਵੀ ਖਰੀਦਦੇ ਨਹੀਂ ਸੀਗੇ, ਦੋ ਦੋ ਰਾਤਾਂ ਬੈਠਣਾ ਪੈਂਦਾ ਸੀ। ਉਸ ਦਿਨ ਤੋਂ ਫਿਰ ਥੋੜ੍ਹੀ ਜਿਹੀ ਖਰੀਦ ਦਾ ਫਰਕ ਪਿਆ, ਸ਼ੁਰੂ ਹੋਈ ਆ, ਪਰ ਲਿਫਟਿੰਗ ਦਾ ਕੰਮ ਹਜੇ ਵੀ ਉਸ ਉੱਤੇ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਕਹਿੰਦੇ ਵੀ ਲਿਫਟਿੰਗ ਹੋਣੀ ਚਾਹੀਦੀ ਹੈ ਜੀ, ਸਾਨੂੰ ਟਰਾਲੀਆਂ ਦੀ ਲੋੜ ਹੁੰਦੀ ਆ, ਟਰਾਲੀ ਸਾਰੀ ਦਿਹਾੜੀ ਆ ਕੇ ਇੱਥੇ ਖੜੀ ਰਹਿੰਦੀ ਹੈ ਜੀ, ਜਦੋਂ ਤੱਕ ਲਿਫਟ ਨਹੀਂ ਹੁੰਦੀ ਮਾਲ ਨਹੀਂ ਉਤਰਦਾ ਹੈ, ਸਾਡੀਆਂ ਟਰਾਲੀਆਂ ਨਹੀਂ ਵਿਹਲੀ ਹੁੰਦੀ। ਲਿਫਟਿੰਗ ਤਾਂ ਸਭ ਤੋਂ ਜ਼ਰੂਰੀ ਆ, ਹੋਣੀ ਚਾਹੀਦੀ ਹੈ ਨਾਲ ਦੀ ਨਾਲ। ਹਾਂ, ਢੇਰ ਲੱਗੇ ਪਏ ਨੇ ਕਣਕ ਦੇ ਸਾਰੀ ਆ, ਤਾਂ ਧਾਕਾ ਲੱਗੀਆਂ ਪਈਆਂ ਨੇ, ਮਾਲ ਚੱਕ ਨਹੀਂ ਹੁੰਦਾ, ਟਰਾਲੀਆਂ ਟਰੈਕਟਰ ਖੜੇ ਨੇ ਸਾਹਮਣੇ। ਕਿੰਨੀ ਕੁ ਤੁਹਾਨੂੰ ਜਿਹੜੀ ਦਿੱਕਤ ਆ ਉਹ ਆ ਰਹੀ ਹੈ? ਬਹੁਤ ਜ਼ਿਆਦਾ ਸਾਨੂੰ ਤਾਂ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦਾ ਖਿਤਾਬ ਹਾਸਲ ਕਰ ਚੁੱਕੀ ਖੰਨਾ ਮੰਡੀ ਵਿੱਚ ਵੀ ਲਿਫਟਿੰਗ ਦੀ ਵੱਡੀ ਦਿੱਕਤ ਦਾ ਕਿਸਾਨਾਂ ਅਤੇ ਮੰਡੀ ਬੋਰਡ ਨੂੰ ਸਾਹਮਣਾ ਕਰਨਾ ਪੈ ਰਿਹਾ। ਲਿਫਟਿੰਗ ਦੀ ਪ੍ਰੋਬਲਮ ਥੋੜ੍ਹੀ ਜਿਹੀ ਹੈਗੀ ਹੈ, ਏਜੰਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ, ਕਿਉਂਕਿ ਜਿਹੜਾ ਸੀਜ਼ਨ ਹੈ ਕਿ ਜਿਹੜਾ ਸ਼ੋਰਟ ਸਮੇਂ ਦਾ ਹੈਗਾ, ਪਿੱਛੇ ਸਮੇਂ ਦੌਰਾਨ ਬਾਰਿਸ਼ ਆ ਗਈ ਸੀ, ਅਤੇ ਏਜੰਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਕਿ ਫਟਾਫਟ ਜਿਹੜੀ ਹੈ ਲਿਫਟਿੰਗ ਕਰਾਈ ਜਾਵੇ। ਖੰਨਾ ਤੋਂ ਇਲਾਵਾ ਮੋਗਾ ਦੀ ਮੰਡੀ ਵਿੱਚ ਵੀ ਕਿਸਾਨ ਬੇਹਾਲ ਹੋ ਰਹੇ ਨੇ। ਗਰਮੀ ਅਤੇ ਚੁਕਾਈ ਦੀ ਦੋਹਰੀ ਮਾਰ ਤੋਂ ਕਿਸਾਨ ਇੱਥੇ ਵੀ ਬਚ ਨਹੀਂ ਰਹੇ, ਕਿਸਾਨਾਂ ਦੇ ਨਾਲ ਨਾਲ ਆੜ੍ਹਤੀ ਵੀ ਇਸ ਕਾਰਨ ਪਰੇਸ਼ਾਨ ਹੋ ਰਹੇ ਨੇ। ਲਿਫਟਿੰਗ ਦੀ ਪ੍ਰੋਬਲਮ ਇਸ ਵੇਲੇ ਇਹ ਵੀ, ਇੱਕ ਤਾਂ ਇਸ ਸਾਲ ਜਿਹੜੇ ਟੈਂਡਰ ਜਿਹੜੇ ਪਾਏ ਨੇ ਉਹਦਾ ਮੇਰਾ ਖਿਆਲ ਹੈ ਵੀ ਠੇਕੇਦਾਰ ਇੱਕੋ ਹੀ ਹੈ, ਜਿਹੜੇ ਕਿ ਬਹੁਤ ਲੋਅ ਰੇਟ 'ਤੇ ਉਹਨਾਂ ਨੇ ਟੈਂਡਰ ਜਿਹੜੇ ਪੁੱਟਅਪ ਕੀਤੇ ਆ, ਔਰ ਉਹਦੇ ਲੋਅ ਰੇਟ 'ਤੇ ਟੈਂਡਰ ਪੁੱਟਅਪ ਕਰਨ ਨਾਲ ਉਸ ਰੇਟ 'ਤੇ ਜਿਹੜੀ ਲੇਬਰ ਹੈ ਉਹ ਕੰਮ ਕਰਨ ਨੂੰ ਸ਼ਾਇਦ ਤਿਆਰ ਨਹੀਂ ਹੈਗੀ, ਔਰ ਲੇਬਰ ਦੀ ਬਹੁਤ ਜ਼ਿਆਦਾ ਦਿੱਕਤ ਹੈ। ਔਰ ਸੈਕਿੰਡਲੀ ਜਿਹੜੀਆਂ ਟਰੋਲੀਜ਼ ਹੈ ਉਹ ਪੂਰਨਲੀ ਬੈਨ ਕਰਤੀਆਂ, ਅੱਗੇ ਟਰੋਲੀਜ਼ ਨਾਲ ਕੰਮ ਵਧੀਆ ਚੱਲਦਾ ਸੀਗਾ, ਔਰ ਟਰੋਲੀਜ਼ ਫਟਾਫਟ ਜਿਹੜੀਆਂ ਹੈਗੀਆਂ ਉਹ ਲੈ ਜਾਂਦੀਆਂ ਸੀ ਮਾਲ ਮੰਡੀ 'ਚੋਂ ਚੱਕ ਕੇ, ਲੇਕਿਨ ਇਸ ਵਾਰੀ ਉਹ ਵੀ ਜਿਹੜਾ ਬੈਨ ਕਰਨ ਨਾਲ ਜਿਹੜੇ ਲੋਕਲ ਗੱਡੀਆਂ ਉਹ ਟਰੱਕ ਜਿਹੜੇ ਇੱਕ ਇੱਕ ਬੰਦੇ ਨੂੰ ਜਿਹੜੇ ਹੈਗੇ ਆ ਲਗਭਗ 2-2 ਗੇੜਿਆਂ 'ਤੇ 2-2 ਟਰੱਕ ਮਿਲਦੇ ਨੇ, ਔਰ ਲੱਖਾਂ ਦੀ ਤਾਦਾਦ 'ਚ ਇਸ ਵੇਲੇ ਜਿਹੜੀ ਮੰਡੀ ਦੇ ਵਿੱਚ ਕਣਕ ਪਈ ਹੋਈ ਹੈ, ਔਰ ਕੋਈ ਜਿਹੜਾ ਵਾਲੀ ਬਾਰਿਸ਼ ਨਹੀਂ, ਉੱਪਰ ਮੌਸਮ ਕੱਚਾ, ਔਰ ਅਗਰ ਇਸ 'ਤੇ ਬਾਰਿਸ਼ ਪੈ ਜਾਂਦੀ ਹੈ ਬਹੁਤ ਬੜਾ ਨੁਕਸਾਨ ਹੈ ਗਵਰਨਮੈਂਟ ਦਾ ਐਜ਼ ਵੈਲ ਐਜ਼ ਆੜ੍ਹਤੀ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਕੋਈ ਸਾਰ ਨਹੀਂ ਲੈ ਰਹੀ, ਚੋਣਾਂ ਵਿੱਚ ਰੁੱਝੇ ਹੋਏ ਅਫਸਰ ਸਾਡੀਆਂ ਦਿੱਕਤਾਂ ਨੂੰ ਹੱਲ ਕਰਨ ਦੀ ਬਜਾਏ ਸਾਨੂੰ ਦੋਹਰੇ ਗੇੜ ਵਿੱਚ ਪਾ ਰਹੇ ਨੇ। ਕਿਸੇ ਨੂੰ ਫਸਲ ਉਤਾਰਨ ਲਈ ਥਾਂ ਨਹੀਂ ਮਿਲ ਰਹੀ ਅਤੇ ਕਿਸੇ ਦੀ ਫਸਲ ਦੀ ਖਰੀਦ ਹੋਣ ਮਗਰੋਂ ਚੁਕਾਈ ਨਹੀਂ ਹੋ ਰਹੀ। ਬਹੁਤ ਸਮੱਸਿਆ ਵਾ, ਹੁਣ ਕੱਲ੍ਹ ਦੀ ਲੱਦੀ ਖੜੀ ਟਰਾਲੀ, ਹੁਣ ਲੱਥੀ ਆਣ ਕੇ ਜਗ੍ਹਾ ਨਹੀਂ, ਕੀ ਕਰਨਾ ਨਾ, ਜਗ੍ਹਾ ਕਿੱਥੇ ਆ ਵੇਖ ਲਓ, ਹੁਣ ਤੁਹਾਡੇ ਸਾਹਮਣੇ ਆ, ਕਿਤੇ ਨਹੀਂ 4-6 ਵਾਰ ਬੋਰੀ ਆ, ਨਾ ਚੱਕਦੇ ਗੌਰਮੈਂਟ, ਨਾ ਲੇਬਰ ਕੋਈ ਲੱਗਦੀ, ਨਾ ਕੋਈ ਟਰਾਲੀਆਂ ਦਿੰਦਾ ਵਾ, ਅੱਗੇ ਟਰਾਲੀਆਂ 'ਤੇ ਲੋਡ ਹੋ ਜਾਂਦਾ, ਚੰਗੀਆਂ ਮਾੜੀਆਂ ਆਪਦੀਆਂ ਢਾਂਕਾਂ ਲਾ ਲੈਂਦੇ ਤਾਂ ਜਰਸੀਆਂ, ਹੁਣ ਉਹ ਵੀ ਬੰਦ ਕਰਤੀਆਂ ਵਾ। ਅਤੇ ਟਰਾਲੀ ਐਂ ਖੜੀ ਤੁਹਾਡੀ? ਐਂ ਖੜੀ ਹੈ ਜੀ, ਉਹ ਹੁਣ ਲਾ ਕੇ ਹਟੇ ਮੁੰਡੇ। ਇੱਕ ਪਾਸੇ ਮੌਸਮ ਦੀ ਮਾਰ, ਦੂਜੀ ਚੁਕਾਈ ਵਿੱਚ ਹੋ ਰਹੀ ਦੇਰੀ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਹੋਏ ਨੇ। ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਹੋਰ ਖਰਾਬ ਹੋ ਸਕਦਾ ਹੈ। ਗਰਮੀ ਕਾਰਨ ਫਸਲ ਸੜ ਵੀ ਰਹੀ ਹੈ ਅਤੇ ਮੰਡੀਆਂ 'ਚ ਰੁੱਲ ਵੀ ਰਹੀ ਹੈ। ਆਪਣਾ ਹੱਡ ਤੋੜ ਕੇ ਮਿਹਨਤ ਕਰਕੇ ਤਿਆਰ ਕੀਤੀ ਫਸਲ ਨੂੰ ਇੰਜ ਰੁੱਲਦਿਆਂ ਵੇਖ ਕਿਸਾਨਾਂ ਦੀਆਂ ਮੁਸੀਬਤਾਂ ਵਿੱਚ ਵੀ ਇਜ਼ਾਫਾ ਹੋ ਰਿਹਾ।
ਖੰਨਾ ਤੋਂ ਰਵਿੰਦਰ ਢਿੱਲੋਂ, ਮੋਗਾ ਤੋਂ ਜਸ ਵਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 92563 92।